ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜੀ। ਚੈਨਲ ਪਰ ਨਵੇਂ ਆਏ ਹੋ ਚੈਨਲ ਸਬਸਕ੍ਰਾਈਬ ਕਰ ਲਓ, ਨਾਲ ਹੀ ਘੰਟੀ ਦਾ ਬਟਨ ਦਬਾ ਦਿਓ। ਦੋਸਤੋ, ਜੇ ਇੱਕ ਵਾਲੀ ਟਰਾਲੀ, ਇਹ ਟਰਾਲੀ ਵਿਕਿਆਊ ਹੈ, 11 ਫੁੱਟ ਲੰਬੀ ਹੈ, 6.5 ਫੁੱਟ ਚੌੜੀ ਹੈ। ਟਰਾਲੀ ਨੂੰ ਕੰਡੀਸ਼ਨ ਵਿਖਾ ਦਿੰਦੇ ਹਾਂ, ਤੁਸੀਂ ਵੇਖ ਸਕਦੇ ਹੋ। ਇਧਰਲਾ ਟਾਇਰ ਅਪੋਲੋ ਦੇ ਵਿੱਚ ਹੈ, ਡਬਲ ਟਾਇਰ ਟਰਾਲੀ ਹੈ। ਰਿੰਮ ਵੇਖ ਸਕਦੇ ਹੋ, ਮੂਹਰ ਦੀ ਟਾਇਰ ਵੇਖ ਸਕਦੇ ਹੋ, ਦੂਜੇ ਟਾਇਰ ਵੇਖ ਸਕਦੇ ਹੋ। ਸਿੰਗਲ ਪੰਪ ਦੇ ਵਿੱਚ ਹੈ, ਪੰਪ ਵੇਖ ਸਕਦੇ ਹੋ, ਥੱਲੇ ਫਾਰਸ ਵੇਖ ਸਕਦੇ ਹੋ ਟਰਾਲੀ ਦਾ। ਪਿੱਛੇ ਦੀ ਵਿਖਾ ਦਿਆਂ ਤੁਹਾਨੂੰ ਟਰਾਲੀ ਥੱਲਿਓਂ, ਪਿੱਛੇ ਦੀ ਟਾਇਰ ਵੇਖ ਸਕਦੇ ਹੋ, ਦੂਜੇ ਟਾਇਰ ਵੇਖ ਸਕਦੇ ਹੋ। ਹਿੱਸਾ ਹੈਗਾ ਗਾ 5 ਇੰਚ ਦੇ ਵਿੱਚ, ਵਿੱਚੋਂ ਫਰਸ਼ ਵੇਖ ਸਕਦੇ ਹੋ ਟਰਾਲੀ ਦਾ ਤੁਸੀਂ। ਬਾੜ ਹੈਗੀ ਆ 2 ਫੁੱਟ, ਬਾੜ ਵੇਖ ਸਕਦੇ ਹੋ, ਪੂਰੀ ਸਾਫ਼ ਹੈ। ਟਰਾਲੀ ਦਾ ਡਾਲਾ ਵੇਖ ਸਕਦੇ ਹੋ, ਟਰਾਲੀ ਤੁਹਾਨੂੰ ਦੂਜੀ ਸਾਈਡ ਵਿਖਾ ਦਿੰਦੇ ਹਾਂ। ਟਰਾਲੀ ਦੇ ਆਪਾਂ ਜੇ ਦੂਜੇ ਟਾਇਰ ਦੀ ਗੱਲ ਕਰੀਏ ਤਾਂ ਸੀਲੇਟ ਦਾ ਗਾ, ਰਿੰਬ ਵੇਖ ਸਕਦੇ ਹੋ, ਅਤੇ ਦੂਜੀ ਸਾਈਡ ਟਾਇਰ ਵੇਖ ਸਕਦੇ ਹੋ, ਵਿੱਚ ਥੱਲਿਓਂ ਫਰਸ਼ ਵੇਖ ਸਕਦੇ ਹੋ। ਇਹ ਟਰਾਲੀ ਹੰਡਿਆਏ ਦੇ ਵਿੱਚ ਖੜ੍ਹੀ ਹੈ, ਟਰਾਲੀ ਜਿਹੜੀ ਡਿਮਾਂਡ ਰੱਖੀ ਗਈ ਹੈ ਉਹ 85,000 ਰੁਪਏ ਰੱਖੀ ਗਈ ਹੈ। ਇਹ ਟਰਾਲੀ ਬਿਨਾਂ ਬੈੱਡ ਤੋਂ ਹੈ, ਬੈੱਡ ਹੈ ਨਹੀਂ ਗਾ। 11 ਫੁੱਟ ਲੰਬੀ ਹੈ, 6.5 ਫੁੱਟ ਚੌੜੀ ਹੈ। ਐਡਰੈੱਸ ਇਹ ਤੁਸੀਂ ਨੋਟ ਕਰ ਸਕਦੇ ਹੋ, ਕੰਟਰੈਕਟਰ ਨੰਬਰ ਆਪਾਂ ਹੇਠਾਂ ਪਾ ਦਾਂਗੇ। ਧੰਨਵਾਦ ਜੀ, ਬਹੁਤ ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਕੇ ਸਾਥ।